गर्मी भी बहुत ज़्यादा फिर क्या हो गया तो नहीं बजे बहुत ज़्यादा शदीद गर्मी शदीद ज्यादा कोई हिसाब ही कोई नहीं ਬੰਦਾ ਇੱਕ ਅੱਧਾ ਆਹ ਬੰਦਾ ਡਿੱਗਣ ਲੱਗਾ ਸੀਗੇ ਬਾਈ ਸਾਡਾ ਉੱਪਰ ਕੰਮ ਮੁਕੰਮਲ ਹੋ ਗਿਆ ਸੀਗਾ ਅਤੇ ਲਾਈਟਿੰਗ ਉੱਤੇ ਦੇਣਾਗੇ ਦਾ ਸਾਫਟੇ ਕਰਦੇ ਉਸ ਤੋਂ ਬਾਅਦ ਜਾਵਾਂਗੇ ਅਸੀਂ ਟਾਵਰ ਸਾਈਡ 'ਤੇ। ਅਸਲਾਮੁਅਲੈਕਮ ਹਾਂਜੀ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਸਭ ਭਰਾਵਾਂ ਦਾ ਡੇਲੀ ਵਲੋਗ ਦੇ ਵਿੱਚ ਵੈਲਕਮ ਹੋ ਗਿਆ ਬਾਈ ਜੀ। ਅਸੀਂ ਜਾ ਰਹੇ ਹਾਂ ਅੱਜ ਜੱਦਾ ਤੋਂ ਜੰਬੋ, ਅਤੇ ਅੱਜ ਦਾ ਅਸੀਂ ਤੁਹਾਡੇ ਨਾਲ ਆਪਣਾ ਪੂਰਾ ਦਿਨ ਵੀ ਸ਼ੇਅਰ ਕਰਾਂਗੇ, ਨਾਲ ਆਪਣਾ ਕੰਮ ਵੀ ਸ਼ੇਅਰ ਕਰਾਂਗੇ। ਅਤੇ ਜਿਹੜੇ ਵੀਰ ਭਰਾ ਨਵੇਂ ਹੁੰਦੇ ਆ ਉਹ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਆ ਕਰੋ, ਅਤੇ ਮੈਂ ਤੁਹਾਡੇ ਵਾਸਤੇ ਇਸੇ ਤਰ੍ਹਾਂ ਹੀ ਅੱਛੀਆਂ ਅੱਛੀ ਵੀਡੀਓ ਲੈ ਕੇ ਆਉਂਦਾ ਰਹਾਂਗਾ। ਅਤੇ ਸ਼ੁਰੂ ਕਰਦੇ ਹਾਂ ਬਾਈ ਜੀ ਅੱਜ ਦਾ ਵਲੋਗ। ਅਸੀਂ ਪਹੁੰਚ ਗਏ ਹਾਂ ਕਸਟਮਰ ਸਾਈਡ 'ਤੇ, ਕਰ ਰਹੇ ਹਾਂ ਸਰਵੇ। ਇੱਕ ਉਹ ਸਾਹਮਣੇ ਹੈਗਾ ਟਾਵਰ, ਇੱਕ ਮੌਸਮ ਬਾਈ ਇੱਧਰ ਦੇਖ ਰਿਹਾ ਦੂਬੀ ਲਾ ਕੇ, ਅਗਰ ਇੱਧਰੋਂ ਕੋਈ ਨਜ਼ਰ ਆ ਜਾਵੇ ਸਹੀ ਹੈ। ਅਤੇ ਜਿੱਧਰਲੀ ਸਾਈਡ 'ਤੇ ਫਿਰ ਆਸਾਨੀ ਹੋਈ ਉੱਥੇ ਅਸੀਂ ਲਾਵਾਂਗੇ ਅੰਡੀਨੇ ਵਗੈਰਾ। ਸਰਵੇ ਕਰਨ ਤੋਂ ਬਾਅਦ ਅਸੀਂ ਆ ਗਏ ਸੀਗੇ ਨਮਾਜ਼ ਪੜ੍ਹਨ ਵਾਸਤੇ, ਨਾਲੇ ਅਸੀਂ ਪਾਉਣਾ ਸੀ ਡੀਜ਼ਲ, ਅਲਹਮਦੁਲਿਲਾ ਨਮਾਜ਼ ਪੜ੍ਹ ਲਈ ਆ। ਅਤੇ ਬਾਕੀ ਸਭ ਭਰਾਵਾਂ ਅੱਗੇ ਰਿਕੁਐਸਟ ਹੈ ਕਿ ਬਈ ਜੀ ਨਮਾਜ਼ ਲਾਜ਼ਮੀ ਪੜ੍ਹਿਆ ਕਰੋ, ਨਮਾਜ਼ ਤੋਂ ਬਗੈਰ ਬੰਦਾ ਜਿਹੜਾ ਨਾ ਬੇਕਾਰ ਆ, ਸਾਰੀਆਂ ਬਰਕਤਾਂ ਨਾ ਨਮਾਜ਼ ਦੇ ਨਾਲ ਹੀ ਆ। ਅਤੇ ਹੁਣ ਬਾਈ ਜੀ ਅਸੀਂ ਜਾਵਾਂਗੇ ਟਾਵਰ ਸਾਈਡ 'ਤੇ। 3 ਘੰਟੇ ਹੋ ਗਏ ਯਾਰ ਅਸੀਂ ਜ਼ਲੀਲ ਹੋਈ ਜਾ ਰਹੇ ਹਾਂ, ਕਦੀ ਕਸਟਮਰ ਸਾਈਡ 'ਤੇ, ਕਦੀ ਟਾਵਰ ਸਾਈਡ 'ਤੇ, ਰੂਫਟੌਪ ਸਾਈਡ 'ਤੇ, ਮੋਨੋਪੋਲ ਸਾਈਡ 'ਤੇ, ਲੈਨ ਆਫ ਸਾਈਡ ਨਹੀਂ ਆ ਰਹੀ। ਇੱਕ ਗਰਮੀ ਬਹੁਤ ਜ਼ਿਆਦਾ ਇੰਤਹਾ ਦੀ ਗਰਮੀ ਆ, ਜ਼ਲੀਲ ਹੋ ਗਏ ਹਾਂ। ਗੱਡੀ 'ਚੋਂ ਬਾਹਰ ਨਿਕਲਦੇ ਹਾਂ ਅਤੇ ਐਂ ਜਿੱਦਾਂ ਬਾਹਰ ਜਹੰਮ ਆ ਗੱਡੀ 'ਚ ਆ ਜਾਂਦੇ, ਫਿਰ ਥੋੜ੍ਹਾ ਜਿਹਾ ਕੰਮ ਠੀਕ ਹੋ ਜਾਂਦਾ। ਅੱਲਾ ਖੈਰ ਰੱਖੇ, ਹੁਣ ਦੁਬਾਰਾ ਫਿਰ ਜਾ ਰਹੇ ਹਾਂ ਸਾਈਡ 'ਤੇ। ਬਾਈ ਜੀ ਅਸੀਂ ਆ ਗਏ ਹਾਂ ਟਾਵਰ ਸਾਈਡ 'ਤੇ, ਸਾਈਡ ਤੋਂ ਓਪਨ ਹੈ ਸਾਰਾ ਸਿਸਟਮ। ਸਾਈਡ 'ਤੇ ਮਿਲ ਗਏ ਜੀ ਸਾਨੂੰ ਫਾਕਤਾ ਦੇ ਬੱਚੇ, ਇਹ ਦੇਖੋ ਇਹ ਕਹਿ ਵੀ ਬੈਠਾ ਹੋਇਆ, ਕੋਈ ਨਹੀਂ ਮੌਜਾਂ ਕਰੋ ਮੌਜਾਂ, ਫਿਰ ਤੁਹਾਨੂੰ ਅਸੀਂ ਕੀ ਕਹਿਣਾ। ਇਹ 50 ਦਿਨ ਤੱਕ ਨਹੀਂ ਕਟਾਈ ਕਟਕ ਹੋ ਗਈ ਬਾਈ, ਅਸੀਂ ਸਮਾਨ ਵਗੈਰਾ ਕੱਢ ਲਿਆ ਅਤੇ ਹੁਣ ਅਸੀਂ ਕਰਾਂਗੇ ਅੰਟੀਨੇ ਸੰਭਲ ਕਰਾਂਗੇ, ਅਤੇ ਉਸ ਤੋਂ ਬਾਅਦ ਇੰਸਟਾਲ ਕਰਾਂਗੇ ਉੱਪਰ ਜਾ ਕੇ। ਅੰਟੀਨੇ ਵਗੈਰਾ ਸੰਭਲ ਕਰ ਲਿਆ, ਇਹ ਵੀ ਹੋ ਗਿਆ, ਕੇਬਲਾਂ ਸ਼ੇਬਲਾਂ ਵਗੈਰਾ ਅਸੀਂ ਸਾਰੀਆਂ ਕੱਟ ਲਈਆਂ। ਇਹ ਦੇਖੋ ਜੀ ਹੁਣ ਜਾ ਕੇ ਅਸੀਂ ਉੱਪਰ ਜਾਵਾਂਗੇ, ਸਮਾਨ ਅੰਟੀਨੇ ਵਗੈਰਾ ਲਾ ਕੇ ਆ ਗਏ ਜੀ ਉੱਪਰ, ਮਾਊਂਟ ਵਗੈਰਾ, ਫਲੈਕਸੀਬਲ ਕੇਬਲ। ਕਸਟਮਰ ਸਾਈਡ 'ਤੇ ਕੇਬਲ ਹੋ ਗਿਆ ਮੁਕੰਮਲ, ਮੌਸਮ ਭਾਈ ਕਰ ਰਿਹਾ ਫੋਟੋਗ੍ਰਾਫੀ ਸਹੀ ਹੈ, ਲੈਫਟ ਰਾਈਟ ਅਪ ਡਾਊਨ ਕਿਹ ਸਾਡਾ ਲੱਗਾ ਅੰਟੀਨਾ, ਇੱਕ ਦੂਸਰਾ ਉਹ ਸਾਹਮਣੇ ਲੱਗਾ ਹੋਇਆ। ਅਤੇ ਇਸ ਤੋਂ ਬਾਅਦ ਬਾਈ ਜੀ ਅਸੀਂ ਜਾਵਾਂਗੇ ਟਾਵਰ ਸਾਈਡ 'ਤੇ, ਅਤੇ ਗਰਮੀ ਵੀ ਬਹੁਤ ਜ਼ਿਆਦਾ ਵਾ, ਬਹੁਤ ਜ਼ਿਆਦਾ ਸ਼ਦੀਦ ਗਰਮੀ ਸ਼ਦੀਦ, ਜਿੱਦਾਂ ਕੋਈ ਹਿਸਾਬ ਹੀ ਕੋਈ ਨਹੀਂ। ਬੰਦਾ ਇੱਕ ਅੱਧਾ ਆਹ ਬੰਦਾ ਡਿੱਗਣ ਲੱਗਾ ਸੀਗੇ, ਉਹ ਬੜੀ ਮੁਸ਼ਕਲ ਨਾਲ ਖੜਾ ਕੀਤਾ ਇਹਨੂੰ। ਕਸਟਮਰ ਸਾਈਡ ਥੋੜ੍ਹਾ ਜਿਹਾ ਕੰਮ ਕੀਤਾ ਅਤੇ 4 ਵਜੇ ਦਾ ਕਸਟਮਰ ਉਸ ਤੋਂ ਬਾਅਦ ਹੋ ਗਿਆ ਬੰਦ, ਅਤੇ ਹੁਣ ਅਸੀਂ ਜਾ ਰਹੇ ਹਾਂ ਕੋਈ ਲੱਭ ਰਹੇ ਹਾਂ ਹੋਟਲ ਵਗੈਰਾ, ਉੱਥੇ ਜਾ ਕੇ ਰਹਾਂਗੇ, ਇਸ ਟਾਈਮ ਰੁਕੇ ਹੋਏ ਹਾਂ। ਮੌਸਮ ਬਾਈ ਬਾਈ ਨੂੰ ਸਰਚ ਕਰੀ ਜਾਂਦੇ ਬਾਈ ਜੀ, ਇੱਕ ਆਇਆ ਹੋਟਲ ਅਤੇ ਇੱਥੇ ਜਾ ਕੇ ਪੁੱਛਦੇ ਹਾਂ ਕਿ ਕੀ ਸੀਨ ਮਿਲੇਗਾ ਸਾਨੂੰ ਰਿਹਾਇਸ਼ ਇੱਥੇ ਜਾਂ ਨਹੀਂ ਮਿਲੇਗੀ। ਸਾਡਾ ਹੋ ਗਿਆ ਦੂਸਰਾ ਦਿਨ ਸਟਾਰਟ, ਅਸੀਂ ਆਏ ਸੀ ਪਹਿਲੇ ਕਸਟਮਰ ਸਾਈਡ 'ਤੇ, ਮੁਕੰਮਲ ਕੀਤਾ ਕਸਟਮਰ, ਅਤੇ ਹੁਣ ਬਾਈ ਜੀ ਅਸੀਂ ਜਾ ਰਹੇ ਹਾਂ ਟਾਵਰ ਸਾਈਡ 'ਤੇ। ਗਰਮੀ ਬਹੁਤ ਜ਼ਿਆਦਾ ਵਾ ਦੇਖੋ,
ਏਸੀ ਚਲਾਇਆ ਹੋਇਆ ਫੁੱਲ, ਅਸੀਂ 5 ਨੰਬਰ 'ਤੇ ਕੀਤਾ ਹੋਇਆ ਏਸੀ। ਇੱਥੋਂ ਤੁਹਾਨੂੰ ਆਈਡੀਆ ਹੋ ਹੀ ਗਿਆ ਹੋਣਾ ਕਿ ਇੱਥੇ ਗਰਮੀ ਕਿੰਨੀ ਆ। ਮੌਸਮ ਭਾਈ ਨੂੰ ਗਰਮੀ ਲੱਗਦੀ ਨਹੀਂ, ਕਹਿੰਦੇ ਕਿ ਸਰਦੀ ਆ ਬਹੁਤ। ਤਾਂ ਸਹੀ ਹੈ ਬਾਈ ਜੀ, ਸਾਡਾ ਆ ਗਿਆ ਸਮਾਨ ਟਾਬਰ ਸਾਈਡ 'ਤੇ, ਇਹਨਾਂ ਵਿੱਚ ਐਂਟੀਨੇ ਆ ਪੈਕਿੰਗ ਦੇ ਵਿੱਚ ਹੀ। ਇਸ ਟਾਈਮ ਤਕਰੀਬਨ 45 ਡਿਗਰੀ ਜਿਹੜਾ ਟੈਂਪਰੇਚਰ ਹੋਇਆ ਪਿਆ ਗਰਮੀ ਦਾ, ਬਹੁਤ ਜ਼ਿਆਦਾ। ਦੇਖੋ ਗਰਮੀ ਨਾਲ ਬਿਲਕੁਲ ਬਸ ਹੋਈ ਪਈ। ਇੱਕ ਜਵਾਨ ਉੱਪਰ ਟਾਵਰ 'ਤੇ ਚੜਿਆ ਹੋਇਆ, ਮੈਂ ਐਂਟੀਨੇ ਖਿੱਚਿਆ ਉੱਪਰ। ਸਹੀ ਹੈ ਅਤੇ ਇਹ ਹਾਲਾਤ ਪਈ ਗਰਮੀ ਦੇ ਬਹੁਤ ਜ਼ਿਆਦਾ। ਸੁਬਹਾ ਅਸੀਂ ਸਿਰਫ ਨਾਸ਼ਤੇ ਵਿੱਚ ਨਾ ਚਾਹ ਪੀਤੀ ਹੋਈ ਸੀਗੀ, ਜਾਂ ਛੋਟਾ ਜਿਹਾ ਬੰਦ ਖਾਧਾ ਹੋਇਆ ਸੀਗਾ, ਅਤੇ ਹੁਣ ਸ਼ਾਮ ਹੋ ਗਈ ਹੈ। ਹੁਣ ਸਾਡਾ ਇਰਾਦਾ ਵਾ ਕਿ ਕੋਈ ਸ਼ਵਾਰਮਾ ਖਾ ਲਈਏ ਅਤੇ ਰੋਟੀ ਅਸੀਂ ਖਾਵਾਂਗੇ ਰਾਤ ਨੂੰ। ਇਹ ਸ਼ਵਾਰਮਾ ਤਿਆਰ ਹੋ ਰਿਹਾ ਜੀ। ਬਾਈ ਜੀ ਹੁਣ ਅਸੀਂ ਆਏ ਹਾਂ ਡਿਊਟੀ ਤੋਂ, ਅਤੇ ਗਰਮੀ ਬਹੁਤ ਜ਼ਿਆਦਾ ਸੀ, ਨਹਾਤੇ ਹਾਂ, ਨਮਾਜ਼ ਪੜ੍ਹੀ ਆ। ਅਤੇ ਬਾਕੀ ਬਾਈ ਅੱਗੇ ਰਿਕੁਐਸਟ ਹੈ ਕਿ ਨਮਾਜ਼ ਲਾਜ਼ਮੀ ਪੜ੍ਹਿਆ ਕਰੋ, ਨਮਾਜ਼ ਤੋਂ ਬਗੈਰ ਬੰਦਾ ਬੇਕਾਰ ਆ, ਕਿਸੇ ਕੰਮ ਦਾ ਨਹੀਂ ਹੈਗਾ। ਨਮਾਜ਼ ਨਾਲ ਹੀ ਸਾਰੀਆਂ ਬਰਕਤਾਂ। ਬਾਕੀ ਮੈਂ ਤੁਹਾਨੂੰ ਆਪਣੀ ਰਿਹਾਇਸ਼ ਵੀ ਚੈੱਕ ਕਰਾਉਂਦਾ। ਇਹ ਦੇਖੋ ਜੀ, ਇਹ ਲੱਗੇ ਹੋਏ ਬੈੱਡ ਲੱਗੇ ਹੋਏ, ਸਹੀ ਹੋ ਗਿਆ, ਏਸੀ ਵੀ ਏਸੀ ਚੱਲ ਰਿਹਾ। ਅਤੇ ਬਾਹਰਲਾ ਮਾਹੌਲ ਮੈਂ ਤੁਹਾਨੂੰ ਚੈੱਕ ਕਰਾਉਂਦਾ। ਇਹ ਹੈਗਾ ਜੀ ਟੀ ਵੀ ਲਾਉਣ, ਇਹ ਦੇਖੋ ਜੀ। ਉਸ ਤੋਂ ਬਾਅਦ ਇਹ ਦੇਖੋ ਜੀ, ਇਹ ਕਮਰਾ ਇਹ ਹੋ ਗਿਆ ਜੀ। ਅਤੇ ਬਾਕੀ ਬਾਈ ਜੀ ਇੱਥੇ ਕਰਦੇ ਹਾਂ ਵੀਡੀਓ ਦਾ ਐਂਡ, ਇਨਸ਼ਾਅੱਲਾ ਮਿਲਾਂਗੇ ਨਈ ਵੀਡੀਓ ਨਾਲ। ਉਨੀ ਦੇਰ ਤੱਕ ਰੱਬ ਰਾਖਾ, ਅਤੇ ਬਾਕੀ ਲਵ ਯੂ ਹੋ ਗਿਆ।